ਹਾਂਜੀ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਗੱਲ ਕਰਾਂਗੇ ਜੀ, ਜੋ ਲਾਡਲੀਆਂ ਫੌਜਾਂ ਹੈ ਗੁਰੂ ਸਾਹਿਬ ਦੀਆਂ, ਉਹ ਸਿੰਧੂ ਬਾਰਡਰ ਦੇ ਉੱਤੇ, ਇਹ ਉੱਥੋਂ ਦਾ ਵੀਡੀਓ ਹੈ ਜੀ। ਡਰੋਨ ਨਾਲ ਸ਼ਾਟ ਲਏ ਹੋਏ ਆ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ, ਜਿਹੜੇ ਘੋੜੇ ਖੜ੍ਹੇ ਆ, ਅਤੇ ਦੂਸਰੀ ਸਾਈਡ ਗੁਰੂ ਸਾਹਿਬ ਦਾ ਜਿਹੜਾ ਬਾਜ ਹੈ ਉਹ ਵੀ ਹੈ। ਅਤੇ ਜਿਹੜੀ ਇਹ ਫੌਜ ਹੈ ਇੱਥੇ ਇਸ ਬਾਰਡਰ ਦੇ ਉੱਤੇ, ਉਹ ਬਿਲਕੁਲ ਰੈਡੀ ਹੈ। ਅਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ, ਇਹ ਪੁਲਿਸ ਨੇ, ਮਿਲਟਰੀ ਨੇ ਇੱਥੇ ਪੂਰਾ ਏਰੀਆ ਕਵਰ ਕੀਤਾ ਹੋਇਆ, ਟਰਾਲੇ ਵਗੈਰਾ ਲਾਏ ਹੋਏ, ਮਿੱਟੀ ਨਾਲ ਭਰ ਕੇ ਬੈਰੀਗੇਟਿੰਗ ਕੀਤੀ ਹੋਈ ਹੈ ਵੀ ਕੋਈ ਉੱਧਰ ਨਾ ਜਾ ਸਕੇ। ਅਤੇ ਸਭ ਤੋਂ ਪਹਿਲਾਂ ਫੌਜ ਤਿਆਰ ਹੈ ਜੀ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਤੱਕ ਆਉਂਦੀ ਹੈ। ਸਭ ਤੋਂ ਪਹਿਲਾਂ ਇੱਥੇ ਇਹਨਾਂ ਨੇ ਆਪਦਾ ਮੋਰਚਾ ਫੌਜਾਂ ਨੇ ਲਾਇਆ ਹੋਇਆ ਹੈਗਾ। ਇਹਨਾਂ ਦੇ ਜਿੰਨੇ ਵੀ ਇੱਥੇ ਸ਼ਸਤਰ ਹੈਗੇ ਆ, ਸਭ ਕੁਛ ਟਰੱਕ ਵਗੈਰਾ ਹੋਰ ਜਿੰਨਾ ਵੀ ਇਹਨਾਂ ਦਾ, ਉਹ ਸਾਰਾ ਬਿਲਕੁਲ ਬਾਰਡਰ ਦੇ ਸਭ ਤੋਂ ਪਹਿਲ ਦੇ ਤੌਰ 'ਤੇ ਗੁਰੂ ਸਾਹਿਬ ਦੀ ਜਿਹੜੀ ਫੌਜ ਆ ਉਸ ਨੇ ਸਾਂਭਿਆ ਹੋਇਆ ਇੱਥੇ, ਜਿੰਨਾ ਵੀ ਮੋਰਚਾ ਸਾਂਭਿਆ ਹੋਇਆ ਹੈਗਾ। ਅਤੇ ਬਿਲਕੁਲ ਇਹਨਾਂ ਦੇ ਜਿਹੜੇ ਘੋੜੇ ਹੈ, ਹੋਰ ਵੀ ਕਾਫੀ ਹੈ, ਹਾਥੀ ਉੱਥੀ ਹੈ, ਉਹ ਵੀ ਹੈ ਸਾਈਡ 'ਤੇ, ਇੱਧਰ ਉੱਧਰ ਇਹਨਾਂ ਨੇ ਰੋਕ ਰੱਖੇ ਹੈ। ਅਤੇ ਦੂਸਰੀ ਸਾਈਡ 'ਤੇ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜੀ ਮੋਦੀ ਦੀ ਪੁਲਿਸ ਹੈ ਉਹ ਲੱਗੀ ਹੋਈ ਹੈ, ਹੋਰ ਜਿਹੜੀ ਫੋਰਸ ਆ ਉਹ ਪੂਰੀ ਲੱਗੀ ਹੋਈ ਆ, ਤੁਸੀਂ ਉੱਪਰੋਂ ਦੇਖ ਸਕਦੇ ਹੋ। ਇੱਥੇ ਆ ਜਿਹੜੇ ਬੈਰੀਗੇਟਿੰਗ ਇਹਨਾਂ ਨੇ ਲਾਏ ਸੀ ਪਹਿਲਾਂ ਰੋਕਣ ਵਾਸਤੇ, ਉਹਨਾਂ ਨਾਲ ਘੋੜੇ ਬੰਨ੍ਹਤੇ, ਗੁਰੂ ਸਾਹਿਬ ਦੇ ਜਿਹੜੇ ਘੋੜੇ ਆ ਉਹ ਬੰਨ੍ਹੇ ਹੋਏ ਆ ਇੱਥੇ, ਬੈਰੀਗੇਟਾਂ ਨਾਲ ਘੋੜੇ ਬੰਨ੍ਹ ਰੱਖੇ ਆ। ਅਤੇ ਇਹਨਾਂ ਦੇ ਜਿਹੜੇ ਲੰਗਰ ਪਾਣੀ ਸਭ ਕੁਛ ਇੱਥੇ ਬਣ ਰਿਹਾ ਜੀ ਪੂਰਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਬੈਰੀਗੇਟਿੰਗ ਪੂਰੀ ਸੀਲ ਕੀਤੀ ਹੋਇਆ, ਜਿਹੜਾ ਸਿੰਧੂ ਬਾਰਡਰ ਦੇ ਉੱਤੋਂ ਦੀ ਇਹ ਵੀਡੀਓ ਹੈਗੀ ਹੈ। ਹੋਰ ਵੀ ਜਿਹੜੀ ਫੌਜ ਹੈ ਇੱਥੇ, ਹੋਰ ਵੀ ਆਸੇ ਪਾਸੇ ਕੁਛ ਪਿੱਛੇ ਵੀ ਹੈਗੀ ਹੈ। ਅਤੇ ਬਾਕੀ ਜਿਹੜੇ ਸ਼ੋਟ ਹੈ ਜੀ ਉਹ ਤੁਸੀਂ ਡਰੋਨ ਦੇ ਗਾਂਹ ਦੇਖਿਓ, ਮੈਂ ਦਿਖਾਊਂਗਾ ਤੁਹਾਨੂੰ। ਇਹ ਦੇਖੋ ਜੀ, ਆਹ ਟਰਾਲਿਆਂ ਲਾ ਕੇ ਨਾ ਪੱਕੇ ਇੰਤਜ਼ਾਮ ਕੀਤੇ ਆ ਆਪਦੇ ਜਣੇ ਤਾਂ ਇਹਨਾਂ ਨੇ। ਅਤੇ ਟਰਾਲੇ ਟਰੂਲੇ ਨੂੰ ਪੁੱਛਣ ਲਾ ਹੋਵੇ, ਖੜ੍ਹਦੇ ਨਹੀਂ ਗੇ ਜਦੋਂ ਆਪਦੀ ਆਈ ਤੇ ਆ ਗਏ। ਇਹ ਟਰਾਲੇ ਟਰੂਲੇ ਜਦੋਂ ਪਿੱਛੇ ਸਾਰਾ ਕੁਛ ਤੋੜਦੇ ਤੁਰੇ ਆਏ ਆ ਨਾ, ਅਤੇ ਉਦੋਂ ਕੁਛ ਵੀ ਨਹੀਂ ਖੜ੍ਹਨਾ ਗਾ ਇੱਥੇ ਟਰਾਲੇ ਟਰੂਲੇ। ਉਦੋਂ ਗਾਂਹ ਵੀ ਦੂਜੇ ਪਾਸੇ ਵੀ ਘੇਰ ਰੱਖਿਆ ਹੈਗਾ, ਦੂਜੇ ਪਾਸੇ ਵੀ ਘੇਰ ਰੱਖਿਆ ਹੈਗਾ। ਉਹ ਦੇਖੋ ਤੁਸੀਂ ਪਿਛਲੇ ਪਾਸੇ ਟੈਂਟ ਲੱਗਿਆ ਹੋਇਆ ਹੈਗਾ, ਉੱਧਰੋਂ ਵੀ ਘੇਰ ਰੱਖਿਆ। ਅਤੇ ਜਿਹੜੀ ਇਹ ਪੁਲਿਸ ਆ ਉਹ ਵਿਚਾਲੇ ਫਸ ਗਈ, ਨਾ ਉੱਧਰ ਜਾ ਸਕਦੀ ਹੈ ਨਾ ਇੱਧਰ ਜਾ ਸਕਦੀ ਹੈ। ਠੀਕ ਹੈ ਜੀ, ਇਹ ਤੁਸੀਂ ਗਾਹ ਇੱਕ ਛੋਟਾ ਜਿਹਾ ਹੋਰ ਕਲਿੱਪ ਦੇਖੋ ਜੀ ਗੁਰੂ ਸਾਹਿਬ ਦੀ ਫੌਜ ਦੀ।